ਸੋ ਦਾ ਸੈਮੀ ਡਰਾਈਵਰ ਹੰਬੋਲਟ ਬ੍ਰੋਨਕਸ ਬੱਸ ਕ੍ਰੈਸ਼ ਦੇ ਸਾਰੇ ਦੋਸ਼ਾਂ ਲਈ ਆਪਣੇ ਆਪ ਨੂੰ ਕਸੂਰਵਾਰ ਮੰਨਦਾ ਜਸਕਿਰਤ ਸਿੰਘ ਸਿੱਧੂ ਨੇ ਵਕੀਲ ਮਾਈਕ ਬ੍ਰੈਨਫੋਰਡ ਨੇ ਮੈਲਫੋਰਡ ਦੇ ਬਾਹਰ ਕਿਹਾ ਕਿ ਸੈਸਕ ਅਦਾਲਤ ਨੇ ਮੰਗਲਵਾਰ ਸਵੇਰੇ ਉਹਨਾਂ ਦੇ ਮੁਵੱਕਲ ਨੂੰ ਹੰਬੋਲਟ ਬੱਸ ਕ੍ਰੈਸ਼ ਦੇ ਸਾਰੇ ਦੋਸ਼ਾਂ ਲਈ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਕਿਹਾ ਕਿ ਸਿੱਧੂ ਮੁਕੱਦਮੇ ਦਾ ਸਾਹਮਣਾ ਨਾ ਕਰਕੇ ਚੀਜ਼ਾਂ ਨੂੰ ਹੋਰ ਬਦਤਰ ਨਹੀਂ ਬਣਾਉਣਾ ਚਾਹੁੰਦੇ ਸਨ। ਜ਼ਿਕਰਯੋਗ ਹੈ ਕਿ 6 ਮਹੀਨੇ ਪਹਿਲਾਂ ਸਸਕੈਚੇਵਨ ਦੇ ਪੇਂਡੂ ਇਲਾਕੇ ਵਿੱਚ ਹੋਏ ਹਾਦਸੇ ਵਿੱਚ 16 ਵਿਅਕਤੀ ਮਾਰੇ ਗਏ ਸਨ ਜਦਕਿ 13 ਹੋਰ ਜ਼ਖਮੀ ਹੋ ਗਏ ਸਨ। ਇਹ ਹਾਦਸਾ ਬੱਸ ਤੇ ਕੈਲਗਰੀ ਸਥਿਤ ਕੰਪਨੀ ਦੇ ਸੈਮੀ ਟਰੱਕ ਦਰਮਿਆਨ ਹੋਇਆ ਸੀ। ਹਾਦਸੇ ਸਮੇਂ ਸੈਮੀ ਟਰੱਕ ਚਲਾ ਰਹੇ ਜਸਕਿਰਤ ਸਿੰਘ ਸਿੱਧੂ ਨੂੰ ਵੀ ਇਸ ਸਾਲ ਦੇ ਸ਼ੁਰੂ ਵਿੱਚ ਚਾਰਜ ਕੀਤਾ ਗਿਆ ਸੀ ਉਸ ਖਿਲਾਫ ਖਤਰਨਾਕ ਢੰਗ ਨਾਲ ਡਰਾਈਵਿੰਗ ਕਰਨ, ਜਿਸ ਕਾਰਨ ਕਈ ਮੌਤਾਂ ਹੋਣ ਤੇ ਕਈ ਲੋਕਾਂ ਨੂੰ ਸਰੀਰਕ ਨੁਕਸਾਨ ਪਹੁੰਚਾਉਣ ਦੇ ਸੰਬੰਧ ਵਿੱਚ ਦੋਸ਼ ਲੱਗੇ ਸਨ। ਅਲਬਰਟਾ ਟਰਾਂਸਪੋਰਟੇਸ਼ਨ ਕੰਪਨੀ ਦੇ ਅਧਿਕਾਰੀਆਂ ਮੁਤਾਬਕ ਟਰੱਕਿੰਗ ਕੰਪਨੀ ਦੇ ਮਾਲਕ ਖਿਲਾਫ 8 ਚਾਰਜ ਲੱਗੇ ਸਨ। We recently took over the defense of Mr. Sidhu's case, and I asked him what his position was, and his position to me was, I just want to plead guilty. I don't want a plea bargain. I don't want a trial. Mr. Sidhu advised me, I don't want to make things any worse. I can't make things any better, but I certainly don't want to make them worse by another trial. Jacinder wanted to know that he's devastated. He wanted the families to know that he's devastated by the grief that he's caused them. And he's overwhelmed by the expressions of sympathy and kindness that some of the families and players have expressed to him, in spite of the fact that the grief is entirely his fault, and he's very sorry about that. Thank you.